ਕੀ ਕਰ ਰਹੇ ਰੰਗ ਕੀਤੀ ਹੈ ਰੰਗ ਕਰਕੇ ਰੰਗ ਦਾ ਕੀ ਫਾਇਦਾ ਹੁੰਦਾ ਨਵੀਆਂ ਬੰਨ ਜਾ ਸੀ ਜਿਵੇਂ ਉਹ ਬਣੀ ਸਾਫ਼ ਹੋ ਜਾਏ ਸੀ ਨਾ ਪਾਣੀ ਮੋ ਲੱਗਾ ਰਹੋ ਨਾ ਲੱਕੜ ਥੱਲੇ ਛਿੱਬਲ ਲੱਗ ਗਿਆ ਲੇਟ ਲੋਡ ਪਾਉਂਦਾ ਫਿਰ ਸਾਫ਼ ਹੋ ਗਿਆ ਨਾਲੇ ਰੰਗ ਨਾ ਸੋਹਣੀ ਜਿਹੜੀ ਬਣ ਜਾ ਸੀ ਇਹ ਸਾਰਾ ਰੰਗ ਕਰੋਗੇ ਹਾਂਜੀ ਸਾਰਾ ਰੰਗ ਕਰੋਗੇ ਰੰਗ ਵਿੱਚ ਕੀ ਮਿਲਾਇਆ ਮਿੱਟੀ ਦਾ ਤੇਲ ਮਿੱਟੀ ਅਗਰ ਹਰ ਸਾਲ ਬਈ ਰੰਗ ਹੋ ਜਾਣ ਨਾ ਹਾਂਜੀ ਇੱਕ ਵਾਰ ਰੰਗ ਕਰ ਲਈ 2 ਸਾਲਾਂ ਦੀ ਵੱਧ ਨਹੀਂ ਸੀ ਜੀ ਇੱਕ ਦਫਾ ਰੰਗ ਕਰਨਾ 2 ਸਾਲ ਮਤਲਬ ਅੱਗੇ ਹੋਰ ਚੱਲ ਰਿਹਾ ਨਹੀਂ ਹੁੰਦੀ ਖਰਾਬ ਨਹੀਂ ਹੁੰਦੀ ਜਿਹੜੇ ਕੱਚੀ ਲੱਕੜ ਬਿਆਰ ਦੀ ਸਹੀ ਅਗਰ ਰੰਗ ਹੁੰਦੀ ਹੈ ਤਾਂ ਖਰਾਬ ਨਹੀਂ ਹੁੰਦੀ ਪਹਿਲੇ ਠੀਕ ਤਾਂ ਰੰਗ ਨਹੀਂ ਤਾਂ ਇਸ ਤਰ੍ਹਾਂ ਹੀ ਦੇ ਅਗਰ ਰੰਗ ਹੋਈ ਜਿਹੜਾ ਸਾਰਾ ਬਾਅਦ ਕਿਹਾ ਬਣੀ ਕਿਸ਼ਤੀ 2 ਸਾਲ ਬਾਅਦ ਸਾਰੇ ਲਾ ਦੇ ਲੋੜ ਹੀ ਕੋਈ ਨਹੀਂ।